ਬੁਲਾਈ ਸੋ ਨਿਰਭੈ ਸਤਗੁਰੂ ਦਾਸ ਮਹਾਰਾਜ ਕੀ ਦੇ ਉਪਦੇਵ ਗਿਆਨ ਹੁਆ ਪ੍ਰਗਾਸ ਕਰ ਕਿਰਪਾ ਲੀਨੇ ਕੀਟ ਦਾਸ ਕਹ ਰਬਦਾਸ ਅਭ ਤ੍ਰਿਸ਼ਨਾ ਚੁਕੀ ਜਪ ਮੁਕੰਦ ਸੇਵਾ ਤਾ ਹੂੰ ਕੀ ਪਰਮ ਸਨਮਾਨ ਦਿਓ ਵਿਸ਼ਵਧੀਆਂ ਦੇਸ਼ ਵਿਦੇਸ਼ ਦੀਆਂ ਸਿਰ ਗੁਰੂ ਰਵਦਾਸ ਨਾਮ ਲੈਵਾ ਸੰਗਤਾਂ ਜੈ ਗੁਰਦੀਪ ਧੰ ਗੁਰਦੀਪ ਜੈ ਸਤਿਗੁਰੂ ਰਵਦਾਸ ਦੀ ਧੰ ਸਤਿਗੁਰੂ ਰਵਦਾਸ ਦੇ ਜੈ ਭੀਮ ਦੇ ਭਾਰਤ ਜੈ ਸਤਿਗੁਰੂ ਦਾਸ ਦੀ ਜੈ ਭਗਵਾਨ ਗੁਰੂ ਵਾਲਮੀਕ ਮਹਾਰਾਜ ਦੀ ਸਮੂਹ ਸੰਗਤਾਂ ਨੂੰ ਮਹਾਤਮਾ ਜੋਤੀਵਾ ਫੂਲੇ ਜਿਨ੍ਹਾਂ ਦੇ ਆਗਮਨ ਦੇਵ ਸ 11 April ਨੂੰ ਆ ਰਹੇ ਨੇ ਜਿਨ੍ਹਾਂ ਨੇ ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੈ ਮਾਣ ਮਾਤਾ ਸਵਿੱਤਰੀ ਬਾਈ ਫੂਲੇ ਜੀਵਨ ਸਮਰਪਿਤ ਕਰਕੇ ਵਿਦਿਆ ਦਾ ਗਿਆਨ ਦਾ ਭੰਡਾਰ ਮੰਡਿਆ ਮਹਾਤਮਾ ਜੂਤੀਬਾ ਫੂਲੇ 11 April ਦੀ ਜਨਮ ਦਿਵਸ ਦੀ ਸਮੂਹ ਸੰਗਤਾਂ ਨੂੰ ਬਿਸ਼ਪ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਉਸ ਤੋਂ ਅਪਰੰਤ 13 ਅਪ੍ਰੈਲ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਉਦਮ ਕਰੈ ਧੂੜ ਸਾਧੂ ਕੀ ਤਾਈ ਕਿਲਵਖ ਮੈਲ ਭਰੀ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ ਸਾਧੂ ਕੀ ਜੋ ਲੇਵੜ ਤੇਰੇ ਮਟਾਂ ਪਾਪ ਸਭ ਕੋਟ-ਕੋਟ ਕਹਿਰਬਦਾ ਜੁ ਜਪੈ ਨਾਮ ਤੇ ਜਾਤ ਨਾ ਜਨਮ ਨਾ ਜੋਨ ਕਾਮ ਸਹਿਬ ਸਤਿਗੁਰੂ ਗੁਰੂ ਰਬਦਾਸ ਜੀ ਮਹਾਰਾਜ ਜਿਨ੍ਹਾਂ ਨੇ 18 April 1515 AD ਨੂੰ ਸ੍ਰੀ ਗੁਰੂ ਗੋਬਦਾਸ ਇਤਿਹਾਸਤਨ ਚਰਨ ਛੂ ਗੰਗਾ ਅਮਰਤ ਕੁੰਡ 60 ਖਨ ਖੁਰਾਲਗੜ ਜਿੱਥੇ ਸਤਗੁਰਾਂ ਨੇ ਆਪਣੇ ਸੱਜੇ ਗੂਠੇ ਦੀ ਛੂ ਦੇ ਕਰਕੇ ਅੰਮ੍ਰਿਤ ਧਾਰਾ ਗੰਗਾ ਪ੍ਰਗਟ ਕੀਤੀ ਜੋ ਅੱਜ ਤੱਕ ਨਿਰੰਤਰ ਵਹਿ ਰਹੀ ਹੈ ਸੋ ਪ੍ਰਗਟ ਧਾਰਾ ਦੇ ਦਿਵਸ ਦੀ ਖੁਸ਼ੀ ਦੇ ਅੰਦਰ ਉਪਰੰਤ ਗੁਰੂਕਿਆਂ ਲਾਡਲੀਆਂ ਸੰਗਤਾਂ ਸਤਗੁਰ ਦੀ ਬਾਣੀ ਮਕੰਦ ਮਕੰਦ ਜੱਪੂ ਸੰਸਾਰ ਨੂੰ ਸਤਿਗੁਰਾਂ ਨੇ 4 ਸਾਲ 2 ਮਹੀਨੇ 11 ਦਿਨ ਚਨ ਚੁੰਗਾ ਅਮਰਤ ਕੁੰਡ ਸੱਚਖੰਡ ਦੀ ਧਰਤੀ ਤੇ ਬੈ ਕੇ ਭਰਮਾਂ ਵਿੱਚ ਭੁੱਲੀ ਲੁਕਾਈ ਨੂੰ ਪਰਮ ਪਰਸ ਗੁਰ ਭੇਟਿਏ ਪੂਰਬ ਲਿਖਤ ਲਲਾਟ ਓਨ ਮਨ 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 ਹੀ ਮਲੇ ਛੁਟਕਤ ਬੱਜਰ ਕੋ ਪਾਠ ਭਗਤ ਜੁਗਤ ਮਸ ਸਤ ਕਰੀ ਪਰਮੰਬੰਦਨ ਕਾਟ ਵਿਕਾਰ ਸੋਈ ਵਸਰਾ ਸਮਨ ਮਲੇ ਗੁਣ ਨਿਰਗੁਣ ਇਕ ਵਿਚਾਰ ਇਕ ਅਕਾਲ ਪੁਰਖ ਦਾ ਰਹਿਮਤ ਭਰਿਆ ਵਿਚਾਰ ਉਪਦੇਸ਼ ਗਿਆਨ ਦਾ ਭੰਡਾਰ ਬਾਣੀ ਪ੍ਰਗਟ ਕੀਤੀ ਤੇ ਗੰਗਾ ਪ੍ਰਗਟਤ ਕੀਤੀ ਪ੍ਰਗਟ ਧਾਰਾ ਦੀ ਲੱਖ ਲੱਖ ਵਧਾਈ ਅਤੀ 14 April ਡਾਕਟਰ ਭੀਮਰਾਓ ਅੰਬੇਦਕਰ ਜੀ ਸਿੰਬਲ ਆਫ ਨੌਲੇਜ ਜਿਨ੍ਹਾਂ ਨੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਵਿਚਾਰ ਧਾਰਾ ਅੰਧਿਆਰੇ ਦੀਪ ਕੱਚਈਏ ਦੀਪਕ ਜੋ ਅੰਧਿਆਰੇ ਦੇ ਅੰਦਰ ਪ੍ਰਕਾਸ਼ ਕਰਦਾ ਹੈ ਇਸੇ ਤਰ੍ਹਾਂ ਫੈਲੀ ਵਿਦਿਆ ਚਾਨਣ ਹੋਈ ਡਾਕਟਰ ਭੀਮrao ਅੰਬੇਡਕਰ ਜੀ ਜਿਨ੍ਹਾਂ ਨੇ ਸਿੰਮਲ ਆਫ ਨੌਲੇਜ ਪੂਰੇ ਭਾਰਤ ਵਰਸ਼ ਨਹੀਂ ਵਿਸ਼ਵ ਤੇ ਆਪਣਾ ਹੀ ਨਾਂ ਨਹੀਂ ਦੇਸ਼ ਦਾ ਕੌਮ ਦਾ ਸਿਰ ਉੱਚਾ ਕੀਤਾ ਹੈ ਐਸੀ ਰੱਬੀ ਰੂਹ ਡਾਕਟਰ ਭੀਮrao ਅੰਬੇਡਕਰ ਜੀ ਜਿਨ੍ਹਾਂ ਦਾ ਆਗਮਨ ਦਿਵਸ 14 ਅਪ੍ਰੈਲ ਨੂੰ ਆ ਰਿਹਾ ਹੈ ਸਮੂਹ ਸੰਗਤਾਂ ਨੂੰ ਡਾਕਟਰ ਪੀਮਰਾਓਂ ਵੀੜਕਰ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਸੋ ਸਮੂਹ ਸੰਗਤਾਂ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਦੁਲੱਬ ਜਨਮ ਪੁੰਨ ਫਲ ਪਾਇਓ ਸਤਿਗੁਰ ਦੀ ਮਿਹਰ ਸਦਕਾ ਇਹ ਮਨੁੱਖਾ ਜਨਮ ਮਿਲਿਆ ਏ ਗੁਰੂਆਂ ਪੀਰਾਂ ਦੇ ਪੈਗੰਬਰਾਂ ਦੇ ਉਪਦੇਸ਼ ਸੰਦੇਸ਼ ਨੂੰ ਕਮਾਉਂਦਿਆਂ ਹੋਇਆਂ ਗੁਰਸਿਵਾਤੀ ਭਗਤ ਕਮਾਈ ਤਾਬੈ ਮਾਨਸ ਦੀ ਹੀ ਪਾਈ ਇਸ ਮਨੁੱਖਾ ਦੀ ਇਹਨੂੰ ਸਫਲ ਕਰਦੇ ਹੋਏ ਸੇਵਾ ਸਿਮਰਨ ਸਦਕਾ ਸਵਾਸਾਂ ਰੂਪੀ ਪੂੰਜੀ ਨੂੰ ਆਪਾਂ ਕੀਮਤੀ ਬਣਾਈਏ ਦੇਸ਼ ਕੌਮ ਸਮਾਜ ਦੇ ਲੇਖੇ ਲਾਈਏ ਸਮੂਹ ਸੰਗਤਾਂ ਨੂੰ ਫਿਰ ਮਹਾਤਮਾ ਜੋਤੀਬਾ ਫੂਲੇ ਪ੍ਰਗਟ ਧਾਰਾ ਦਿਵਸ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਆਗਮਨ ਗੁਰਪੁਰ ਆਗਮਨ ਦਿਵਸ ਦੀ ਜਨਮ ਦਿਸ ਦੀ ਲੱਖ ਲੱਖ ਵਧਾਈ ਹੁੰਨਾ ਭੁਲਾ ਦੀ ਖਿਮਾ ਜੈ ਗੁਰਦੀਪ ਧੰਨ ਗੁਰਦੀਪ ਜੈ ਭੀਮ ਜੈ ਭਾਰਤ ਜੈ ਸਤ ਗੁਰੂ ਦਾੜੀ ਜੈ ਵਾਲਮੀਕ ਦੀ